ਸਿਹਤ ਵਿਭਾਗ ਵੱਲੋਂ ਮਿਸ਼ਨ ਕਾਇਆਕਲਪ ਤਹਿਤ ਰਾਜ ਭਰ ਦੇ ਹਸਪਤਾਲਾਂ ਵਿੱਚ ਪ੍ਰਬੰਧਾਂ ਅਤੇ ਸਹੂਲਤਾਂ ਦੀ ਚੈਕਿੰਗ ਵਿੱਚ ਮਾਨਸਾ ਦੇ ਇੰਦਰਜੀਤ ਸਿੰਘ ਗਿੱਲ ਮੈਮੋਰੀਅਲ ਹਸਪਤਾਲ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ। ਇਸ ਲਈ ਹਸਪਤਾਲ ਨੂੰ 10 ਲੱਖ ਰੁਪਏ ਇਨਾਮ ਵਜੋਂ ਪ੍ਰਾਪਤ ਹੋਏ ਹਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਨਾਮ ਵਜੋਂ ਪ੍ਰਾਪਤ ਹੋਈ ਰਾਸ਼ੀ ਨੂੰ ਗਰੀਬਾਂ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਵੇਗਾ। 7 ਦਸੰਬਰ 2018 ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਕਾਇਆ ਕਲਪ ਦੇ ਸੰਬੰਧ ਵਿੱਚ ਇੰਸਪੈਕਸ਼ਨ ਦੀ ਇੱਕ ਟੀਮ ਆਈ ਸੀਗੀ, ਜਿਨ੍ਹਾਂ ਨੇ ਸਾਡੇ ਸਿਵਲ ਹਸਪਤਾਲ ਮਾਨਸਾ ਦਾ ਦੌਰਾ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਸਾਡੇ ਕੰਮ ਨੂੰ ਤਸੱਲੀ ਬਖਸ਼ ਪਾਇਆ ਗਿਆ, ਸਾਡੀ ਸਾਫ਼ ਸਫਾਈ, ਸਾਡਾ ਰਜਿਸਟਰ ਜਾਂ ਹੋਰ ਸਾਡਾ ਸਾਰਾ ਕੁਛ ਠੀਕ ਠਾਕ ਸੀ, ਜਿਹਦੇ ਵਿੱਚ 22 ਜ਼ਿਲ੍ਹਿਆਂ ਦੇ ਸਿਵਲ ਹਸਪਤਾਲ ਜਿਹੜੇ ਦੀ ਇੰਸਪੈਕਸ਼ਨ ਸੀਗੀ। ਇਹਦੇ ਵਿੱਚ ਮਾਨਸਾ ਸਿਵਲ ਹਸਪਤਾਲ ਜਿਹੜਾ ਸਾਡਾ ਤੀਸਰੇ ਨੰਬਰ 'ਤੇ ਆਇਆ, ਜਿਹੜਾ ਕਿ ਸਾਡਾ ਮਾਨਸਾ ਸਿਵਲ ਹਸਪਤਾਲ ਤੀਸਰੇ ਨੰਬਰ 'ਤੇ ਆਇਆ, ਸਾਡੇ ਵਾਸਤੇ ਬੜੀ ਇਲਾਕਾ ਵਾਸੀਆਂ ਵਾਸਤੇ ਅਤੇ ਸਾਰੇ ਸਟਾਫ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਤੀਸਰੇ ਨੰਬਰ 'ਤੇ ਆਏ ਹਾਂ ਅਤੇ 10 ਲੱਖ ਰੁਪਇਆ ਸਾਨੂੰ ਇਨਾਮ ਮਿਲਿਆ। ਅਸੀਂ ਉਹ ਜਿਹੜਾ 10 ਲੱਖ ਰੁਪਏ ਮਿਲਿਆ ਹੈਗਾ, ਉਹ ਅਸੀਂ ਹਸਪਤਾਲ ਦੀ ਡਿਵੈਲਪਮੈਂਟ ਵਾਸਤੇ ਲਗਾਉਣਾ ਚਾਹੁੰਦੇ ਹਾਂ, ਜਿਹਦੇ ਵਿੱਚ ਕਿ ਆਮ ਲੋਕਾਂ ਨੂੰ ਜਾਂ ਗਰੀਬ ਜਨਤਾ ਨੂੰ ਕੋਈ ਇਸ ਰਾਸ਼ੀ ਦਾ ਫਾਇਦਾ ਹੋਵੇ। ਅਤੇ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਅੱਛੀ ਸਹੂਲਤਾਂ ਜਿਹੜੀਆਂ ਮਿਲੇ, ਕਿਉਂਕਿ ਸਰਕਾਰੀ ਹਸਪਤਾਲ ਵਿੱਚ ਗਰੀਬ ਲੋਕ ਹੀ ਆਉਂਦੇ ਆ ਅਤੇ ਸਰਕਾਰੀ ਹਸਪਤਾਲ ਗਰੀਬ ਲੋਕਾਂ ਵਾਸਤੇ ਹੀ ਜਾਣੇ ਜਾਂਦੇ ਆ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਵੇ ਅਤੇ ਇਸ ਰਾਸ਼ੀ ਦਾ ਲੋਕਾਂ ਨੂੰ ਜਿਹੜਾ ਫਾਇਦਾ ਪਹੁੰਚਣਾ ਚਾਹੀਦਾ।